हृद नृत्यवृद श्रीरामदास गुण गुरुवर जन बिघ्न के बिघ्नन के हर गोविंद शुभ मत श्री हर राय नमो कर जो हम श्री हर कृष्ण मनाओ तेग बहादुर परम श्री गुरु गोविंद सिंह विसाला करो तरा पर पुन पुन सीसा वाहे गुरु पुन पुन सीसा बंदो बार बार जगदी एकंकार सतगुरु तेह प्रसाद सच होए वाहे गुरु जी की फतेह विघ्न विनाशन सोए जिस मह अमृत ज्ञान है मानक भगत वैराग गुरु ग्रंथ साहिब उदद बंदो करे अनुराग गुरु ग्रंथ साहिब उदद बंदो करे अनुराग सतनाम श्री वाहि गुरु साहिब जियो श्री बाला संदुवाच चौपाई रहन लगी गत दा तलवंडी जिनकी कीरत कर कर मंडी मनोज परस पर मिले सलाएं मोहरम मुँह श्री गुण अवगाहे वाहे गुरु जी का खालसा वाहे गुरु जी की फतेह तर तन गुरुदेव जे संग हर जपे गुरु कृपाल जपे ताप गुण सब छपे ऐसे करण कारण कृपा निदान भगत बछल अनाथ गुरु श्री गुरु ग्रंथ साहिब जी महाराज जी दी पावन पवित्र हजूरी च संध्या वेले दे सजे हुए दीवाना च हाजरियां भर रही गुरु की साजी और नवाजी हुई सतगुरां दे परम प्यार च परोती हुई गुरु रंग च रंगी हुई गुरु खालसा साध संगत जीओ तंता दे पात्र हो अपने जीवन का कुछ कीमती समा गुरु लेखे ला के सफला कर रहे हो साहबे कमाल पंथ दे वाले चट्टियां बाजां वाले शमशेरे बहादुर दे गुर तेग के धनी सतगुरु नासरो मनसूर गुरु गोबिंद सिंह एज दी मंजूर गुरु गोबिंद सिंह हकरा गंजूर गुरु गोबिंद सिंह जुमला फैजे नूर गुरु गोबिंद सिंह हक हक आदेश गुरु गोबिंद सिंह बादशाह दरवेश गुरु गोबिंद सिंह नूर हर दर चश्म गुरु गोबिंद सिंह रूहू हर दर जिसम गुरु गोबिंद सिंह बेकसारा यार गुरु गोबिंद सिंह ऐसे दीन दयाल सतगुरु श्री गुरु गोबिंद सिंह साहब जी महाराज जी दा अज
ਗੁਰਤਾ ਗੱਦੀ ਦਿਵਸ ਦਿਹਾੜਾ ਹੈ। ਅੱਜ ਦੇ ਦਿਨ ਤਿਲਕ ਤੇ ਜੰਜੂ ਦੇ ਰਾਖੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਵਿਖੇ ਔਰੰਗਜ਼ੇਬ ਬਾਦਸ਼ਾਹ ਦੀ ਕੈਦ ਵਿੱਚ ਕੋਤਵਾਲੀ ਚ ਬਹਿ ਕੇ ਜਦੋਂ ਸਤਿਗੁਰਾਂ ਦੇ ਨੇਤਰਾਂ ਦੇ ਸਾਹਮਣੇ ਗੁਰਦੇਵ ਦੇ ਤਿੰਨ ਸਿੱਖ ਸ਼ਹੀਦ ਕਰ ਦਿੱਤੇ ਗਏ ਤਾਂ ਗੁਰਦੇਵ ਜਾਣਦੇ ਸਨ ਕਿ ਸ਼ਹਾਦਤ ਵੀ ਹੋਣੀ ਹੈ, ਪਰ ਉਸ ਤੋਂ ਪਹਿਲਾਂ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸ੍ਰੀ ਗੁਰੂ ਆਪ ਜੀ ਮਹਾਰਾਜ ਜੀ ਨੂੰ ਥਾਪਿਆ ਜਾਏ। ਆਪ ਨੌਵੇਂ ਪਾਤਸ਼ਾਹ ਨੇ ਪੰਜ ਪੈਸੇ ਸ਼੍ਰੀ ਫਲ ਮੰਗਾ ਕੇ ਕਲਗੀਧਰ ਪਾਤਸ਼ਾਹ ਜੀ ਵਿੱਚ ਆਪਣੀ ਜੋਤ ਬਿਰਾਜਮਾਨ ਕੀਤੀ। ਭਾਈ ਗੁਰਦਿੱਤਾ ਜੀ ਜੋ ਬਾਬਾ ਬੁੱਢਾ ਸਾਹਿਬ ਜੀ ਦੇ ਅੰਸ਼ ਵੰਸ਼ ਵਿੱਚੋਂ ਸਨ, ਭਾਈ ਉਦਾ ਜੀ ਇਹ ਗੁਰਿਆਈ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕੋਲੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ, ਸਤਿਗੁਰਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਰੱਥ ਤੇ ਤਕਰੀਬਨ 9 ਸਾਲ ਦੀ ਉਮਰ ਵਿੱਚ ਬਿਰਾਜੇ। ਅਨੇਕਾਂ ਜੀਵਾਂ ਦੀ ਕਲਿਆਣ ਸਾਹਿਬ ਕਮਾਲ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਨੇ ਕੀਤੀ। 14 ਜੰਗਾਂ ਆਪਣੇ ਜੀਵਨ ਵਿੱਚ ਲੜ ਕੇ ਜਰਵਾਣਿਆਂ ਦੇ ਖਿਲਾਫ ਖਾਲਸੇ ਪੰਥ ਨੂੰ ਸਾਜ ਕੇ ਤਿਆਰ ਕੀਤਾ। ਪੰਥ ਦੇ ਵਾਲੀ ਸਦਾਏ ਮਹਾਰਾਜ ਗੁਰੂ ਕਲਗੀਧਰ ਸਾਹਿਬ ਕਮਾਲ ਸਤਿਗੁਰੂ ਜੇ ਤਲਵਾਰ ਫੜੀ ਤੇ 14 ਜੰਗਾਂ ਲੜੀਆਂ ਹਨ। ਕਹਿੰਦਾ ਜਦੋਂ ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਧਿਆਨ ਮਾਰ ਕੇ ਵੇਖਦਾ ਹਾਂ, ਉਹਨਾਂ ਨੂੰ ਤਲਵਾਰ ਪਕੜ ਕੇ ਜੰਗ ਦੇ ਮੈਦਾਨ ਵਿੱਚ ਜੂਝਦਿਆਂ ਵੇਖਦਾ ਤੇ ਸੋਚਦਾ ਕਲਗੀਧਰ ਪਾਤਸ਼ਾਹ ਵਰਗਾ ਕੋਈ ਦੂਜਾ ਸੂਰਮਾ ਨਹੀਂ ਹੈ, ਪਰ ਜਦੋਂ ਉਹਨਾਂ ਦੇ ਹੱਥ ਵਿੱਚ ਕਲਮ ਫੜੀ ਵੇਖਦਾ, ਪਾਉਂਟਾ ਸਾਹਿਬ ਦੀ ਧਰਤੀ ਤੇ ਜਮਨਾ ਦੇ ਕਿਨਾਰੇ ਤੇ ਬੈਠਿਆਂ ਤੱਕਦਾ ਹਾਂ, ਤਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਰਗਾ ਕੋਈ ਦੂਜਾ ਕਵੀ ਨਹੀਂ ਹੈ। ਅਨੇਕਾਂ ਛੰਦ ਮਹਾਰਾਜ ਜੀ ਰਚਦੇ ਹਨ, ਬਾਣੀਆਂ ਦੀ ਰਚਨਾ ਕਰਦੇ ਹਨ, ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਾਨੀ ਰੂਪ ਵਿੱਚ ਵੇਖਦੇ ਹਾਂ ਤਾਂ ਸਹਿਬ ਕਮਾਲ ਗੁਰੂ ਕਲਗੀਧਰ ਪਾਤਸ਼ਾਹ ਵਰਗਾ ਕੋਈ ਦੂਜਾ ਦਾਨੀ ਨਜ਼ਰ ਨਹੀਂ ਆਉਂਦਾ। ਕਿਹੜਾ ਗੁਣ ਕਹੀਏ ਜਿਹੜਾ ਸਤਿਗੁਰੂ ਦਸਵੇਂ ਪਾਤਸ਼ਾਹ ਵਿੱਚ ਨਹੀਂ ਹੈ। ਹਰ ਗੁਣ ਦੇ ਨਾਲ ਸਤਿਗੁਰੂ ਕਲਗੀਧਰ ਪਾਤਸ਼ਾਹ ਲਬਾ ਲਬ ਭਰੇ ਹੋਏ ਨੇ। ਜੇ ਸੰਤਗੀਰੀ ਦੀ ਬਾਤ ਕਰੀਏ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵਰਗਾ ਕੋਈ ਦੂਸਰਾ ਸੰਤ ਨਜ਼ਰ ਨਹੀਂ ਆਉਂਦਾ। ਐਸੇ ਪੰਥ ਦੇ ਵਾਲੀ ਗੁਰੂ ਕਲਗੀਧਰ ਸਵਾਮੀ ਜੀ ਮਹਾਰਾਜ ਜਿਨ੍ਹਾਂ ਦੀ ਸੋਭਾ ਬੇਅੰਤ 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 ਕਰਕੇ ਮਹਾਂਪੁਰਸ਼ਾਂ ਵਿਦਵਾਨਾਂ ਨੇ ਵਰਣਨ ਕੀਤੀ ਹੈ। ਗਰੀਬਨ ਬਾਗ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿਫਤ ਕਰਦਿਆਂ ਮਹਾਂਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਥਨ ਕਰਦੇ ਨੇ, ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ ਪਾਪ ਹੀ ਪ੍ਰਪੱਕ ਜਾਤੇ ਧਰਮ ਤਸਕ ਜਾਤੇ ਵਰਨ ਗਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦਿਓਰੇ ਸੰਤੋਖ ਸਿੰਘ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਕਲਗੀਧਰ ਸਵਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਗੁਰਤਾ ਗੱਦੀ ਦਿਵਸ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਸਤਿ ਸ੍ਰੀ ਅਕਾਲ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਆਪਣੇ ਚਰਨਾਂ ਵਿੱਚ ਸਾਡੀ ਸਾਰਿਆਂ ਦੀ ਹਾਜ਼ਰੀ ਲਾ ਲੈਣ, ਆਪਣੇ ਚਰਨਾਂ ਕਮਲਾਂ ਦੀ ਪ੍ਰੀਤੀ, ਆਪਣਾ ਭੈ, ਆਪਣਾ ਅਦਬ, ਆਪਣਾ ਸਤਿਕਾਰ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਸਰਵਣ ਕਰ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਰਾਏ ਭੋਏ ਦੀ ਤਲਵੰਡੀ ਪੁੱਜੇ ਨੇ, ਰਾਏ ਬੁਲਾਰ ਨੂੰ ਦਰਸ਼ਨ ਦੇ ਕੇ ਕਿਰਤਾਰਥ ਕੀਤਾ ਹੈ, ਪੰਡਿਤ ਹਰਦਿਆਲ ਨੂੰ ਕਿਰਤਾਰਥ ਕੀਤਾ ਹੈ, ਗੋਪਾਲ ਪਾਂਧੇ ਨੂੰ, ਮੁਲਾਣੇ ਨੂੰ, ਵੈਦ ਹਰਦਾਸ ਨੂੰ ਮਹਾਰਾਜ ਜੀ ਨੇ ਆਪਣੇ ਪਾਵਨ ਬਚਨ ਸਰਵਣ ਕਰਵਾ ਕੇ ਤਿਨ੍ਹਾਂ ਨੂੰ ਕਿਰਤਾਰਥ ਕੀਤਾ ਹੈ। ਆਪਣੇ ਬਾਲ ਸਖਾਈ ਮਿੱਤਰਾਂ ਨੂੰ ਮਿਲ ਰਹੇ ਹਨ, ਤਿਨ੍ਹਾਂ ਨੂੰ ਦਰਸ਼ਨ ਦਾਰੇ ਦੇ ਕੇ ਆਪਣੇ ਬਚਨ ਬਿਲਾਸ ਸਰਵਣ ਕਰਵਾ ਕੇ ਨਿਹਾਲ ਕਰ ਰਹੇ ਨੇ। ਆਓ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ
अपना ध्यान केंद्रित करिए, क्योंकि साड़ियां जड़ियां मन विरत वो बाहर खिंडियां हुई होंदियां हन। जदों बाहरले पासे बाहर मुखी होके बिरतियां खिंडियां होंदियां है, उस वक्त उन्हां नूं संकोचन लई उन्हां नूं एक जगह ते केंद्रित करन लई सतगुरां दे शब्द दा आसरा लिया जांदा है। जिवें एक कछू कुम्मा अपने हाथ पैर सिर बाहर कढ के रखदा है, पर जदों वेखदा है कि हुण बाहरों कोई उन्हूं किसे प्रकार दा कष्ट है, तां उस वक्त वो अपने सारे इंद्रियां नूं हत्थां पैरां नूं सिर नूं सब नूं एक खोपर दे विच इकट्ठा कर लैंदा, संकोच लैंदा है। इदां गुरसिख जदों संगत विच आउंदे हन अपनियां खिंडियां होईयां बाहर दियां जिहड़ियां बाहर मुखी बिरतियां हन उन्हां नूं एक जगह ते केंद्रित कर लैंदा, इकट्ठा कर लैंदा है, और एक जगह ते केंद्रित करके सतगुरां दी संगत विच हो रही कथा दा कीर्तन दा गुरबाणी दे जाप दा रस माणदा है। आओ मन विरतियां नूं एकाग्र करन लई सतगुरु गुरु नानक साहब जी दे बख्शिश कीते गए पावन गुरमंत्र दा आसरा लईए। हाजरियां लवाओ, आखो जी सतनाम श्री वाहिगुरु साहिब जी। सब जिन्हां दी कीर्ति, जिन्हां दी शोभा, जिन्हां दा जस घर घर दे विच मन्निया जांदा है, घर घर विच जिन्हां दी शोभा हो रही है। मनुज परस पर मिले सराहे, जिन्ने तलवंडी दे लोक आपस विच मिलदे ने मिल के महाराज गुरु नानक साहब जी दी सलाघा करदे, सतगुरां दी उपमा वर्णन करदे हन। मोहरो मूह श्री गुण अवगाहे, बार बार सतगुरु सच्चे पातशाह जी दे गुणा दा कथन करदे ने, बार बार सतगुरां दे गुणा दा अनुवाद करदे हन कि गुरु नानक पातशाह विच आ भी गुण ने, आ भी गुण ने। एदा बेअंत गुण सतगुरु गुरु नानक साहब जी महाराज जी दे कथन करदे हन। मधुर बचन जय मृदल सुभाउ, लोक गल्लां करदे आपस विच कहिंदे जी गुरु नानक साहब दा सुभाउ बड़ा मृदल कोमल है, बड़े मिठ बोलड़े ने सतगुरु गुरु नानक साहिब जी दे बचन, बड़े प्रेम नाल प्यार नाल लवरेज ने सतगुरु गुरु नानक साहब दे बचन, प्रेम रस नाल भरे हुए ने। मदती आदि कुकर्म न काऊ, कहिंदे ना सतगुरु गुरु नानक साहब दे हिरदे च कदे हउमै वेखी है, ना कदे किसे होर विकार दा प्रभाव वेख्या। सतगुरु गुरु नानक साहब संसार दे समस्त विकारां तों रहत ने, निर्लेप ने, किसी भी प्रकार का विकार उन्हां दे उत्ते कदे हावी नहीं वेख्या। ये लोक गल्लां करके आपस विच गल्लां कर रहे ने कि कदे सतगुरु गुरु नानक साहब विच मद हंकार नहीं वेख्या, कदे नहीं वेख्या कि कदे किसी विकार करके वह प्रभावित होए होण, सगों उन्हां दे दर्शन जिहड़े करदे ने दर्शन करन वालियां दे हिरदियां विच भी विकारां दा प्रभाव शांत हो जांदा है, उन्हां दे हिरदियां विच भी विकारां दा प्रभाव नहीं रहिंदा। ऐसा सोहना रूप है गुरु नानक पातशाह दा। उर उधार मत संत सुशीला, गुरु नानक साहब दा जिहड़ा सुभाओ है वह बड़ा उदार है, यानी कि खुला दिल दान देन दे विच कंजूसी नहीं करदे। जदों कोई लैण आउंदा ते दोहां हत्थां दे नाल सतगुरु जी दान दे के नवाजदे हन, और सुभाओ बड़ा सुशील है, ठंडे सुभा दे मालक हन सतगुरु जी। करुणावान स्वरूप छबीला, करुणावान हन, करुणा दे सागर हन ते रूप के। वेखो जी लोग ए गल्लां कर रहे ने घरां च बैठे, जदों आपस विच कहिंदे कितने करुणावान दयावान ने गुरु नानक साहिब, स्वरूप कैसा सुंदर छबील है। शेबाशना की जड़ नासी, कहिंदे विषयां विकारां दी तां जड़ ही नास हो गई है उन्हां दे अंदरों, विषय विकार तां किते हैण ही नहीं, उन्हां दे नेड़े तेड़े भी नहीं। दूजा कहिंदा है विषय विकार उन्हां दे तां करन वालियां दे विषय विकार सड़ जांदे हन, सवाह हो जांदे हन, ऐसे दयालु ते कृपालु हन। हरख रिदा उदासी, हरख ते सोग ए दो प्रकार दियां बिरतियां ने, उन्हां दा हिरदा इन्हां दोनां तों उपराम रहिंदा है। कुछ आ जावे तां खुशी नहीं, चला जावे
नहीं, इस तरह की साड़ी जड़ी अवस्था है ना, ये तो बिल्कुल उल्टा है। सानू जदों कुछ मिलता तो सानू खुशी होंदी है, जदों साडे कोलों कोई पदार्थ खुस जाए चला जाए तो फिर सानू दुख हुंदा। पर जिहड़े परमहंस अवस्था च टिके हुए हुंदे है वह हर एक सोग दोनों तो पराम रहिंदे हन। सतगुरु गुरु नानक साहब जी की अवस्था ऐसी है कि हर एक और सोग इन्हां दोनों तो सतगुरु जी उपराम हन। पुर सुल्तान ने जाए कमाई, कहिंदे गुरु नानक साहब जी सुल्तानपुर साहब गए ने, उत्थे जाके उन्होंने बहुत कमाई भी कीती है, मोदी खाने विच बहुत वड्डे पद्धर ते मोदी दी कृत कीती है। करी अधिक जै तोट नकाई, कहिंदे इतनी कमाई कीती है उत्थे सतगुरु जी ने कि कदे उन्हां दा तोटा नहीं आया, ना कदे मोदी खाने च तोटा आया। जे दौलत खान ने हिसाब किताब कीता ते उत्थे भी इन्हां दा नहीं घटिया, सगों इन्हां दे वाधे ही निकलदे रहे ने। देओ दान दीनन तन पूरी, और दीना ते दया करके ए दान कर दे है। कोई आ जाए गरीब आ जाए निमाणा आ जाए नताणा आ जाए सब नू दान दे के नवाज दे ने, ऐसे दयालु हन। पसरी कीरत जै तै रूरी, जिन्हां दी कीर्ति सर्व थावां ते पसर रही है, संसार दे हर कोने विच सतगुरु गुरु नानक साहब दी कीर्ति हो रही है। अस प्रकार निज जस विस्तारा, इस तरह इन्हां ने अपना जस चारे पासे विस्तारिया है। बसे मास एक मोख उदारा, तकरीबन वाज पातशाह जी तकरीबन एक महीना तलवंडी आके रहे ने, सुल्तानपुर साहब तो आके तकरीबन एक महीना महाराज जी ननकाणा साहब तलवंडी रहे ने। पुन गमनन की कीनी तैयारी, एक महीने बाद सतगुरु जी ने हुण चलण दी तैयारी कीती, ए वापस श्री सुल्तानपुर साहब जाइए, ओदे लई सतगुरां ने तैयारी कीती। मिलन बुलारे प्रीत विचारी, सतगुरां ने विचार कीती राय बुलार दी प्रीत नूं चेते कीता, जाना जान तो पहला राय बुलार जी नूं मिलिए, क्योंकि राय बुलार सतगुरां नाल बहुत प्रेम करदा है ते सतगुरु जी प्रेम ही वेखदे आ, जिहदे अंदर भी वेखदे आ, नहीं वेखदे भी किन्ना सोहना है, नहीं वेखदे किहड़ी कुल दे विच्चों है, नहीं वेखदे इहदे कोल रुतबा की है, इह भी नहीं वेखदे इहदे कोल धन किन्ना क है, ਇਹ ਵੀ ਨਹੀਂ ਵੇਖਦੇ ਕਿ ਕਿਤਨੀ ਕੁ ਉੱਚੀ ਜਾਤੀ ਨਾਲ ਸੰਬੰਧ ਰੱਖਦਾ, ਕੇਵਲ ਪ੍ਰੇਮ ਵੇਖਦੇ ਨੇ ਤੇ ਜਿਹਦੇ ਚ ਪ੍ਰੇਮ ਹੈ ਗੁਰਦੇਵ ਪ੍ਰਤੀ ਉਹਦੇ ਤੇ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਕੇ ਰੀਝ ਪੈਂਦੇ ਨੇ। ਉਹ ਦੁਨੀਆਂ ਦੇ ਕਿਸੇ ਮਜ਼ਹਬ ਨਾਲ ਸੰਬੰਧ ਰੱਖਦਾ ਹੋਵੇ, ਕਿਸੇ ਵਰਣ ਨਾਲ, ਕਿਸੇ ਜਾਤੀ ਨਾਲ, ਕਿਸੇ ਧਰਮ ਨਾਲ ਸੰਬੰਧ ਰੱਖਦਾ ਹੋਵੇ, ਜਿਹੜੇ ਪ੍ਰੇਮ ਕਰਦੇ ਨੇ ਉਹਨਾਂ ਤੇ ਰੀਝ ਪੈਂਦੇ ਹੈ। राय बुलार दी प्रीत वेखी सतगुरां ने, आख्या के चल के राय बुलार जी नूं मिलिए, मिल के फिर वापस जाइए। उतो एकांत तबे अवनीपा, राय बुलार जी अपने घर विच एकांत च बैठे सन उस वेले। सादर बैसे जाए समीपा, सतगुरु जी भी इकले गए ने, राय बुलार दे कोल गए, राय जी ने बड़े सत्कार नाल उठ के सतगुरु जी नूं अपने नेड़े पलंगे ते बिठाया ते अदब कीता। हाथ बंद बच बदत बुलारा, हाथ जोड़ के राय बुलार बड़े प्रेम भाव नाल सतगुरु गुरु नानक पातशाह नूं बेनती करदिआं कहण लगा। परम लाभ मुझ दर्स तुम्हारा, कहण लगा हे गरीब नवाज, हे कमल नैन सतगुरु जी, ਤੁਹਾਡੇ ਦਰਸ਼ਨ ਕਰਕੇ ਮੈਨੂੰ ਬੜੇ ਵੱਡੇ ਲਾਭ ਦੀ ਪ੍ਰਾਪਤੀ ਹੋਈ ਹੈ, ਤੁਹਾਡੇ ਦਰਸ਼ਨਾਂ ਵਿੱਚੋਂ ਮੈਨੂੰ ਸ੍ਰੇਸ਼ਟ ਲਾਹਾ ਪ੍ਰਾਪਤ ਹੋਇਆ। ਗਿਆਨ ਸ਼ਿਰੋਮਣ ਕਿਰਪਾ ਨਿਧਾਨਾ, ਮਹਾਰਾਜ ਜੀ ਤੁਸੀਂ ਗਿਆਨ ਵਿੱਚ ਸ਼ਿਰੋਮਣੀ ਹੋ, ਤੁਹਾਡੇ ਵਰਗਾ ਗਿਆਨ ਕਿਸੇ ਚ ਨਹੀਂ, ਤੁਸੀਂ ਗਿਆਨ ਵਿੱਚ ਸ਼ਿਰੋਮਣੀ ਹੋ ਔਰ ਕਿਰਪਾ ਦੇ ਖਜ਼ਾਨੇ ਹੋ, ਕਿਰਪਾ ਦੇ ਨਿਧਾਨ ਹੋ। ਕਲਾਵਾਨ
कल बिन गुन खाना। महाराज जी तुसी कलावान हो और कल्पना तो रहत हो, तुसी कल्पना विच नहीं आउंदे। कलावान हो और कल्पना तो रहत हो, गुणा दी खान हो। फस्यो रहत मैं जगत कलेशु। महाराज जी मेरे वर्गे जीव जगत दे कलेशां च फसे रहिंदे आ, मैं भी संसार दे कलेशां विच फसिया होया। रावर की लालस उपदेशु। मेरे मन विच लालस है कि तुसी मेरे ते तरस करके मैनू उपदेश दियो। राय बुलार जी कह रहे ने, महाराज मैं जगत दे कलेशां च फसिया होया, मेरी इच्छा है कि तुसी मैनू उपदेश दियो। करत क्यों ना मुझ लख अधिकारी। महाराज जी तुसी मैनू क्यों उपदेश नहीं देंदे? पंडित अरदयाल नू उपदेश दिता है, गोपाल पांधे नू उपदेश दिता है, वैद हरदास नू उपदेश दे के नवाजिया है कि मैं उपदेश दा अधिकारी नहीं तुहाडे दा, कि मेरे प्रति आप जी उपदेश नहीं दोगे। कटो न बंधन शरण तुम्हारी। महाराज मैं शरण चा कि मेरे बंधन नहीं कटोगे, कि मैनू बंधना तो मुक्त नहीं करोगे। सुन बोले श्री पंकज बदना। सुन के कमल बदन सतगुरु सच्चे पातशाह जी बोले। सिमरो सत नाम सुख सदना। महाराज जी कहंदे राय जी हाले समा आवेगा जदों उपदेश देंगे तुहानू, पर उस तो पहला जेड़ा उपदेश हुण देण लगे आ ना वो पहला सुनो। वो की है कि परमेश्वर दा जेड़ा सच्चा नाम है उदे नाम दे विच सारे सुख ने। परमेश्वर दा नाम सारे सुखां दा घर है। ते राय जी पार ब्रह्म परमेश्वर दे नाम दा सिमरन करिया करो, जपया करो। सतनाम श्री वाहे, सतनाम श्री वाहे गुरु। ए नाम जपया करो, ए सारे सुखां दा घर है। लग्यो हमाऊ पंख ज्यो संगा। ए हमायूं पंखी दे खंभ ने नाम, जिवें हुमा पंछी हुंदा ना, कहंदे उहदे खंभ जिहड़े तीर नूं ला दिओ उह तीर भी उत्थे चला जांदा आकाश विच जिथे हुमा पंछी रहिंदा, वह जमीन ते नहीं डिगदा तीर। ये जड़ा नाम है ना, ये परमेश्वर दा नाम है, ते नाम ते नामी च फर्क नहीं। जेड़ा इस नाम दे नाल जुड़ जांदा है, नाम दी कमाई करदा, नाम नू अपने हिरदे च वसाउंदा है। जब छूटे तनक ते सुख तंगा। कहिंदे जदों ये शरीर तो आत्मा छुटदी है, जां इदां कह लईए भी जेड़े तीर नाल हुमायूं पंखी दे खंभ लगे होण ते जदों ओ कमान विचों छुटदा है। पर के बल कर होत उड़ाऊ। हुमायूं पंछी दे खंभां दे बल नाल उड़दा तीर और बड़ी उचाई ते चला जांदा है। पहुंचे सोजे देश हमाऊ। तीर उत्थे ही पहुंच जांदा है जिथे हुमायूं पंछी दा देश हुंदा है। बौर न आए परे कब तरनी। और ओ तीर मुड़ के कदे जमीन दे उत्ते धरती उत्ते आके नहीं डिगदा। तैसी रीत नाम की बरनी। इसे तरह परमेश्वर दे नाम दी महिमा, ए नामी दा नाम है, जेड़े नाम जपदे ने नाम दी कमाई करदे ने। इक चित सिमरे जे दिन राती। जेड़े दिन रात एक मन एक चित हो के इस अमृत नाम नू ध्योंदे हन। छोटे देह ते होए संगाती। जदों इस देह नू छड्डदे ने नाम जपण वाले इस देह तो मुक्त हुंदे ने। जै नामी को देश सुहावन। ए नाम उस जीव नू उथे लै जांदा जिथे नामी खुद वसदा। आखो सतनाम श्री वाहिगुरु। जिथे ओ नामी खुद वसदा है, नाम जपण वाले नू ए नाम नामी दे देश लै जांदा है, यानी कि परमेश्वर विच ही जाके अभेद कर दिंदा है। सत श्री अकाल। त
तहा करे बिन बिलम पुचावन। बिना बिलम तो बिना देरी तो ए नाम नामी दे देश विच लै पहुंचदा है। बहर न जग में पावे देही, उना नू फिर मुड़ के संसार दे विच जन्म मरण दे चक्करां च नहीं आउणा पैंदा। बहर न होएगो फेरा, उना दा मुड़ के संसार दे विच दुबारा फेरा नहीं हुंदा। सत नाम के भेज सनेही, जेड़े परमेश्वर दे सच्चे नाम दे सनेही हो गए ने, सच्चे नाम दे प्रेमी हो गए ने। सुन उपदेश लगी लेव नामू, वो फिर निरंकार दे देश विच ही भेद हो जांदे ने। महापुरुष कहंदे जदों सत नाम कहंदे आ ना सतगुरु जी, सत नाम का मतलब हुंदा मूल मंत्र की कमाई, मूल मंत्र का अभ्यास। क्योंकि सत नाम शब्द कित्थे आउंदा, मूल मंत्र विच। कहदे मूल मंत्र की कमाई करो, नाम की कमाई करो, यह भी नाम है परमेश्वर का। यह सुनदियां सार राय बुलार जी की लिब लग गई नाम विच, क्योंकि कहण वाले गुरु नानक साहब ने, ते सुन वाला राय बुलार है। तात्काल उसे वेले असर हो गया, हिरदे विच चट लिव लग गई नाम नाल, सुरत जुड़ गई परमेश्वर दे अमृत नाम नाल। जागे ओ परम प्रेम अभिरामू, हिरदे च परम प्रेम जाग पिया राय बुलार जी दे। कैत गिरा होए दीन बहोरी, हाथ जोड़ के दीन हो के बोलिया कहन लगा। दर्स लाल सारी दे न थोरी, कहन लगा महाराज मेरे मन विच तुहाडे दर्शना दी प्यास रहिंदी है। हे कमल नैन, जदों मैं तुहाडे दर्शन करदा ते मेरा मन ठंडा हो जांदा है। तुहाडे दर्शना दी बहुत ज्यादा लालसा मेरे हिरदे विच है। तुम गमने अब पुर सुल्ताना, सतगुरु जी तुसी हुण सुल्तानपुर साहब जा रहे हो, उथे लई रवाना हो रहे हो। मोए होत ब्रह कष्ट महाना, तुहाडे विछोड़े दे कष्ट नू चेते करके मेरी जिंद निकलदी जा रही है। इउं जापदा तुसी नहीं चले, मेरे तन चो मेरी जिंद निकल के जा रही है। महाराज ए विछोड़े दी तड़फ मैनू सताउंदी है। प्रीत बिलोक रिदे मैं साची, राय बुलार दी ए मन दी प्रीत गुरुदेव ने वेखी है कि सच्ची प्रीत है। ए कोई वखावा नहीं सी, ए कोई छलावा नहीं सी, ए राय बुलार दी सच्ची प्रीत गुरु नानक साहब ने वेखी है। कमल बदन पुर गिरा उबाची, कमल नैन सतगुरु सच्चे पातशाह जी महाराज जी बोले। चित चेते राखो अवनीपा, महाराज जी कहंदे राय जी सानू अपने चित विच चेते रखियो, सानू अपने चित विच याद रखियो। मैं हूं तुमरे सदा समीपा, जदों याद करोगे उदों ही महसूस करोगे कि असीं तुहाडे कोल हां। जदों याद करोगे उदों ही महसूस करोगे कि असीं तुहाडे नाल, तुहाडे अंग संग हां। अस प्रकार दे कर उर धीरा, इस तरह सतगुरु जी ने राय बुलार नू धीरग दिता। कर आए पुन गुनी गहीरा, गुनी गहीर सतगुरु जी घर आए ने वापस राय बुलार जी नू दर्शन दे के। मिली मात उर प्रेम बढ़ाई, हुण माता जी मिले हन भारी प्रेम दे नाल, स्नेह दे नाल मिले हन। बिछरत बच ज्यों तीन लवाई, हुण माता दे विछोड़े दी पीड़ा कौन कहे। माता जी दा मन इस तरह बिरहा तुर हो रहा है जिवें कोई लवेरी गऊ अपने वछड़े दे विछोड़े विच तड़फदी है ना, इउं माता जी दा हिरदा तड़फण लगा है। आशिक देत पलोसत माता, सिर ते हाथ धर के गुरु नानक साहब दे माता जी आसीस दिंदे ने, मथा पलोस दे हन। मने मना श्री जगनाथा, मन ही मन
जगत नाथ जी नूं मनाउंदे हन माता जी। सुत की कुशल करो सब काला, कहंदे हे परमेश्वर मेरे पुत्र दी हमेशा कुशल करियो। माता नहीं जानदी कि मेरा पुत्र ही परमेश्वर है। पुत्र वेख के गुरु नानक साहब जी नूं ते अकाल पुरख नूं कह रही है, हे अकाल पुरख मेरे पुत्र नूं सदा खुश रखियो, मेरे पुत नूं सदा सुखी रखियो। महापुरख तुम दीन दयाला, वाहेगुरु जी तुसी महापुरख हो, दीना ते दया कर दे हो। तरियो मात के पग पर सीसा, महाराज जी ने माता जी दे चरणा ते प्रणाम। निकसे निज कर ते जगदीशा, जगत दे ईश्वर सतगुरु सच्चे पातशाह जी माता जी नूं मिल के घरों बाहर निकले हन। प्रेमी मिले आन जे पुर के, हुण नगर दे जिन्ने प्रेमी सी सतगुरां दे मित्र सन प्यारे सन ਉਹ ਆ ਕੇ ਸਤਿਗੁਰਾਂ ਨੂੰ ਮਿਲੇ। ਪਰਸ ਪਰਸ ਗਮ ਨੇ ਪਗ ਗੁਰ ਕੇ, ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਪਰਸ ਪਰਸ ਕੇ ਸਾਰੇ ਆਪੋ ਆਪਣੇ ਘਰਾਂ ਨੂੰ ਗਏ ਨੇ। ਵਾਹਿਨ ਪਏ ਅਰੂੜ ਸਵਾਮੀ, ਜਗਤ ਸਵਾਮੀ ਜੀ ਆਪਣੇ ਵਾਹਨ ਤੇ ਸਵਾਰ ਹੋਏ ਨੇ। ਦੀਨ ਬੰਧੂ ਪ੍ਰਭੇ ਅੰਤਰ ਜਾਮੀ, ਜੋ ਦੀਨਾਂ ਦੇ ਬੰਧੂ ਨੇ ਤੇ ਦਿਲਾਂ ਦੀਆਂ ਜਾਣਨ ਵਾਲੇ ਅੰਤਰ ਜਾਮੀ ਹਨ। ਸਿਖਵਨ ਕਾਲੂ ਦੇਵਤ ਪੂਰੀ, ਪਿਤਾ ਜੀ ਨਾਲ ਸਨ, ਵਿਦਾ ਕਰਨ ਜਾ ਰਹੇ ਨੇ ਅੱਗੇ ਤੇ ਜਾਂਦਿਆਂ ਜਾਂਦਿਆਂ ਗੁਰੂ ਨਾਨਕ ਸਾਹਿਬ ਜੀ ਨੂੰ ਪਿਤਾ ਜੀ ਜਿਹੜੀਆਂ ਸਿੱਖਿਆਵਾਂ ਪਹਿਲਾਂ ਦੇਂਦੇ ਸੀ ਅੱਜ ਵੀ ਸਿੱਖਿਆ ਦਿੰਦੇ ਹਨ। ਧਨ ਕਾਟਨ ਕੀ ਜੇ ਬਿਦਰੂਰੀ, ਕਿਹੜੀ ਸਿੱਖਿਆ ਦਿੰਦੇ ਨੇ, ਪੈਸਾ ਕਿਵੇਂ ਕਮਾਈ ਦਾ, ਕਿਵੇਂ ਉਹਦੀ ਆਮਦਨ ਕਮਾ ਕੇ ਸਾਂਭ ਕੇ ਰੱਖੀ ਦਾ, ਉਹ ਸਿੱਖਿਆ ਪਿਤਾ ਜੀ ਦੇ ਰਹੇ ਨੇ। ਸੁਣੋ ਤਾਤ ਅਬ ਪਾਸਨ ਬੰਦਾ, ਕੀ ਕਹਿੰਦੇ ਨੇ ਪਿਤਾ ਜੀ, ਕਹਿੰਦੇ ਹੁੰਦੇ ਸੀ ਪੁੱਤਰ ਤੇਰਾ ਵਿਆਹ ਕਰਨਾ, ਦੋ ਪੈਸੇ ਜੋੜ ਲੈ, ਵਿਆਹ ਤੇ ਕੰਮ ਆਉਣਗੇ। ਹੁਣ ਕੀ ਕਹਿੰਦੇ ਆ, ਕਹਿੰਦੇ ਹੋ ਗਿਆ ਤੇਰਾ ਵਿਆਹ, ਪਹਿਲਾਂ ਜੋ ਲੰਘ ਗਿਆ ਸਮਾਂ ਲੰਘ ਗਿਆ, ਹੁਣ ਤੇਰਾ ਵਿਆਹ ਹੋ ਗਿਆ, ਹੁਣ ਤੈਨੂੰ ਪੈਸੇ ਦੀ ਸੰਭਾਲ ਕਰਨੀ ਚਾਹੀਏ। ਯਾ ਮੈਂ ਨਾਨਾ ਬਿਦ ਕੇ ਧੰਦਾ, ਕਿਉਂਕਿ ਵਿਆਹ ਤੋਂ ਬਾਅਦ ਤਾਂ ਬੜੇ ਮਾਮਲੇ ਪੈ ਜਾਂਦੇ, ਨਾਨਾ ਪ੍ਰਕਾਰ ਦੇ ਕੰਮ ਕਾਰ ਧੰਦੇ। ਅੱਗੇ ਸੀ ਇਕੱਲੇ ਤੁਸੀਂ, ਹੁਣ ਤੁਹਾਡੇ ਨਾਲ ਤੁਹਾਡੀ ਧਰਮ ਸੁਪਤ ਨਹੀਂ ਹੈ, ਆਉਣ ਵਾਲੇ ਸਮੇਂ ਚ ਸੁੱਖਾਂ ਨਾਲ ਪੁੱਤ ਆਉਣਗੇ, ਫਿਰ ਖਰਚੇ ਜਿਹੜੇ ਨੇ ਘਰਾਂ ਦੇ ਉਹ ਵਧਣਗੇ। ਬਹੁਤੋ ਬਿੱਤ ਇਕੱਤਰ ਸੋ ਕਰੀਏ, ਇਸ ਕਰਕੇ ਬੇਟਾ ਨਾਨਕ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੈਸਾ ਇਕੱਠਾ ਕਰੀ, ਪਰਿਵਾਰਨ ਕੋ ਖਰਚ ਵਿਚਾਰੀਏ, ਕਿਉਂਕਿ ਪਰਿਵਾਰਾਂ ਦੇ ਟੱਬਰਾਂ ਦੇ ਬੜੇ ਬੜੇ ਖਰਚੇ ਜਿਹੜੇ ਪੈਸੇ ਤੋਂ ਬਿਨਾਂ ਨਹੀਂ ਹੁੰਦੇ। ਪੂਰਬ ਕੀ ਉਦਾਰਤਾ ਤਿਆਗੋ, ਜਿਹੜਾ ਪਹਿਲਾਂ ਤੁਹਾਡਾ ਸੁਭਾਅ ਸੀ ਨਾ ਦਾਨੀਆਂ ਵਾਲਾ, ਉਹ ਸੁਭਾਅ ਹੁਣ ਨਹੀਂ ਜੇ ਪੁੱਗਣਾ, ਉਹ ਸੁਭਾਅ ਹੁਣ ਤੁਸੀਂ ਆਪਣਾ ਛੱਡ ਦਿਓ। ਗ੍ਰਸਤੀ ਮਨੋਜਨ ਕੈ ਮਗ ਲਾਗੋ, ਜਿਵੇਂ ਗ੍ਰਸਤੀ ਲੋਕ ਟੁਰਦੇ ਆ ਨਾ ਉਹਨਾਂ ਦੇ ਰਾਹ ਤੇ ਹੁਣ ਤੁਸੀਂ ਟੁਰੋ। ਜਿਵੇਂ ਲੋਕ ਗ੍ਰਸਤੀ ਨੇ, ਉਹ ਪੈਸੇ ਦੀ ਕਦਰ ਕਰਦੇ ਨੇ, ਪੈਸਾ ਜੋੜਦੇ ਨੇ, ਹੁਣ ਉਸੇ ਰਾਹ ਤੇ ਤੁਸੀਂ ਚੱਲੋ। ਧਨੀ ਪੁਰਖ ਸਭ ਮੈਂ ਪ੍ਰਧਾਨਾ, ਕਿਉਂਕਿ ਇਹ ਸਮਾਜ ਵਿੱਚ ਜਿਹਦੇ ਕੋਲ ਦੋ ਪੈਸੇ ਨੇ ਨਾ, ਜਿਹਦੇ ਕੋਲ ਧਨ ਹੈ। ਧਨੀ ਮੂੜ ਕੋ ਕੈਤ ਸੁਜਾਨਾ, ਲੋਕ ਮੂਰਖ ਨੂੰ ਵੀ ਸਿਆਣਾ ਕਹਿੰਦੇ ਜਿਹਦੇ ਕੋਲ ਦੋ ਪੈਸੇ ਹੋਣ। ਆਥ ਹੋਏ ਤਾਂ ਮੁਗਧ ਸਿਆਣਾ, ਮਹਾਰਾਜ ਜੀ ਦੀ ਬਾਣੀ ਦਾ ਵੀ ਬਚਨ ਹੈ, ਦੋ ਪੈਸੇ ਹੋਣ ਨਾ ਕਿਸੇ ਕੋਲੋਂ, ਭਾਵੇਂ ਰੱਜ ਕੇ ਮੂਰਖ ਹੋਵੇ ਲੋਕ ਤਾਂ ਵੀ ਉਹਨੂੰ ਸਿਆਣਾ ਕਹਿੰਦੇ ਐ। ਮਿਲੇ ਤਨੀ ਕੋ ਸਕਲ ਭਲਾਈ, ਜਦੋਂ ਕੋਈ ਧਨਵਾਨ ਪੁਰਸ਼ ਸਮਾਜ ਵਿੱਚ ਵਿਚਰਦਾ ਤੇ ਲੋਕ ਉਹਨੂੰ ਕਿ ਉਹਦੀ ਉਹਨੂੰ ਮਿਲਦੇ ਨੇ, ਉਹਦਾ ਸਨਮਾਨ। ਧਨ ਬਿਨ ਕਾਰਜ ਹੋਏ ਨਰਾਈ, ਪੁੱਤਰ ਪੈਸਾ ਤਾਂ ਰਾਈ ਜਿੰਨਾ ਵੀ ਕੰਮ ਨਹੀਂ ਹੁੰਦਾ, ਜਿਹੜੇ ਪੈਸਾ ਤਾਂ ਇਹਨਾਂ ਨੂੰ ਵੀ ਚਾਹੀਦਾ। ਜਿਉਂ ਤਨ ਨਿਭ ਹੈ ਪ੍ਰਾਣ ਆਧਾਰਾ, ਕਿਉਂਕਿ ਧਨ ਤੋਂ ਬਿਨਾਂ ਕੁਝ ਨਹੀਂ ਨਿਭਦਾ, ਇਹ ਪ੍ਰਾਣਾਂ ਦਾ ਆਧਾਰ ਹੈ। ਤੇ ਸਭ ਜਗ ਬੇਵਹਾਰਾ, ਜਿਵੇਂ ਸਰੀਰ ਪ੍ਰਾਣਾਂ ਦੇ ਆਸਰੇ ਰਹਿੰਦਾ ਨਾ, ਇੱਦਾਂ ਸੰਸਾਰ ਦੇ ਜਿਤਨੇ ਵਿਵਹਾਰ ਨੇ
ਉਹ ਵਿਵਹਾਰ ਪੈਸੇ ਤੋਂ ਬਿਨਾਂ ਸਿੱਧ ਨਹੀਂ ਹੁੰਦੇ, ਪੈਸੇ ਤੋਂ ਬਿਨਾਂ ਨਹੀਂ ਸਬਰਦੇ। ਜਿਉਂ ਜਲਹੀਨ ਨਾ ਤਾਲ ਸੁਹਾਵਾ, ਜਿਵੇਂ ਪਾਣੀ ਤੋਂ ਬਿਨਾਂ ਤਲਾਬ ਸੁੱਕਾ ਹੋਇਆ ਕਿਸੇ ਕੰਮ ਦਾ ਨਹੀਂ ਲੱਗਦਾ। ਪਾਣੀ ਤੋਂ ਬਿਨਾਂ ਤਲਾਬ ਹੋਵੇ ਉਹ ਸੁੱਕਿਆ ਹੋਇਆ ਕਿਸੇ ਕੰਮ ਦਾ ਨਹੀਂ। ਤਿਉਂ ਤਨ ਬਿਨ ਨਰ ਸ਼ੋਭ ਨਾ ਪਾਵਾ, ਇਹਦਾ ਧਨ ਤੋਂ ਵਿਹੂਣਾ ਬੰਦਾ ਜਗਤ ਚ ਸਮਾਜ ਵਿਚ ਸੋਭਾ ਨਹੀਂ ਪਾਉਂਦਾ, ਉਹਦੀ ਸੰਸਾਰ ਵਿਚ ਸੋਭਾ ਨਹੀਂ ਹੁੰਦੀ। ਸਜਲ ਮੇਘ ਬਿਨ ਜਿਉਂ ਕ੍ਰਿਖੀ ਨਾਈ, ਜਿਵੇਂ ਮੀਂਹ ਪਾਉਣ ਲਈ ਬੱਦਲ ਹੁੰਦੇ ਹਨ ਤੇ ਜਿਨ੍ਹਾਂ ਬੱਦਲਾਂ ਚ ਪਾਣੀ ਹੋਵੇ ਉਹਨਾਂ ਪਾਣੀ ਵਾਲੇ ਬੱਦਲਾਂ ਦੇ ਨਾਲ ਖੇਤੀ ਉੱਗਦੀ ਹੈ। ਤਨ ਬਹੀਨ ਤਿਉਂ ਬਨਜ ਨਾ ਆਹੀ, ਤੇ ਜੇ ਬੱਦਲ ਓਦਾਂ ਹੀ ਹਵਾ ਚ ਉੱਡੀ ਜਾਣ ਵਿਚ ਪਾਣੀ ਹੋਵੇ ਹੀ ਨਾ, ਉਹਨਾਂ ਦਾ ਖੇਤੀ ਨੂੰ ਕੀ ਫਾਇਦਾ। ਇਸੇ ਤਰ੍ਹਾਂ ਧਨ ਤੋਂ ਬਿਨਾਂ ਵਣਜ ਨਹੀਂ ਚੱਲਦਾ, ਵਪਾਰ ਵੀ ਤਾਂ ਚੱਲਦਾ ਪੁੱਤਰ, ਮੋਦੀ ਖਾਨੇ ਵੀ ਤਾਂ ਹੀ ਚੱਲਦੇ ਹੈ ਜੇ ਦੋ ਪੈਸੇ ਜੋੜ ਕੇ ਸਾਂਭ ਕੇ ਰੱਖੋਗੇ। ਯਾ ਬਿਦ ਨਾਨਾ ਜੁਗਤ ਉਚਰ ਕੇ, ਏਦਾਂ ਪਿਤਾ ਜੀ ਇੱਕ ਨਹੀਂ ਕਈ ਗੱਲਾਂ ਕਈ ਜੁਗਤੀਆਂ ਨਾਲ ਪੈਸੇ ਦੀ ਵਡਿਆਈ ਧਨ ਦੀ ਵਡਿਆਈ ਕਰਦੇ ਜਾ ਰਹੇ ਨੇ। ਸਮਝਾਵਤ ਕਾਲੂ ਹਿਤ ਕਰਕੇ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੜੇ ਹਿੱਤ ਨਾਲ ਸਮਝਾਉਂਦੇ ਹਨ। ਰਾਵਰ ਪਾਕਤ ਬਚਨ ਜਥਾ ਜੀ, ਮਹਾਰਾਜ ਜੀ ਅੱਗੋਂ ਕਹਿੰਦੇ ਠੀਕ ਹੈ ਪਿਤਾ ਜੀ, ਠੀਕ ਹੈ ਅੱਗੋਂ ਜੀ ਜੀ ਕਰੀ ਜਾਂਦੇ ਆ ਸਤਿਗੁਰੂ ਜੀ। ਭਲੀ ਬਾਤ ਪਿਤ ਕਰੋ ਤਥਾ ਜੀ, ਮਹਾਰਾਜ ਜੀ ਨਾ ਅੱਗੋਂ ਜੀ ਜੀ ਕਰੀ ਜਾਂਦੇ। ਦੁਨਿਆਵੀ ਲੋਕਾਂ ਦੀ ਬਿਰਤੀ ਇਹੀ ਹੁੰਦੀ ਹੈ, ਸਤਿਗੁਰੂ ਜੀ ਕਹੀ ਜਾਂਦੇ ਹਾਂ ਪਿਤਾ ਜੀ ਇਸੇ ਤਰ੍ਹਾਂ ਹੀ ਹੈ। ਦੁਨਿਆਵੀ ਲੋਕ ਏਦਾਂ ਹੀ ਕਹਿੰਦੇ ਹੁੰਦੇ ਹੈ, ਏਦਾਂ ਹੀ ਹੁੰਦੀ ਹੈ ਬਿਰਤੀ ਦੁਨਿਆਵੀਆਂ ਦੀ। ਪਾਤਸ਼ਾਹ ਜੀ ਏਦਾਂ ਕਹਿੰਦੇ, ਕਹਿੰਦੇ ਠੀਕ ਹੈ ਪਿਤਾ ਜੀ ਕਰਾਂਗੇ ਯਤਨ ਜਿਵੇਂ ਅਸੀਂ ਪਹਿਲਾਂ ਕਰਦੇ ਰਹੇ ਹਾਂ, ਅੱਗੇ ਨੂੰ ਵੀ ਕਰਾਂਗੇ। ਅਸ ਕਹਿ ਕੀਨੀ ਪੁੰਨ ਪਦ ਬੰਦਨ, ਇਹ ਤਾਂ ਕਹਿ ਕੇ ਪਿਤਾ ਜੀ ਦੇ ਚਰਨਾਂ ਤੇ ਗੁਰਦੇਵ ਨੇ ਪ੍ਰਣਾਮ ਕੀਤੀ ਮੱਥਾ ਟੇਕਿਆ। ਗਮਨੇ ਮਾਰਗ ਦੋਖ ਨਿਕੰਦਨ, ਦੋਸ਼ਾਂ ਦਾ ਨਾਸ਼ ਕਰਨ ਵਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਸੁਲਤਾਨਪੁਰ ਸਾਹਿਬ ਦੇ ਰਾਹ ਤੇ ਤੁਰ ਪਏ। ਬੰਦ ਸੁਲੱਖਣੀ ਸਾਸੂ ਚਰਨਾ, ਮਾਤਾ ਸੁਲੱਖਣੀ ਨੇ ਟੁਰਨ ਤੋਂ ਪਹਿਲਾਂ ਆਪਣੀ ਸੱਸ ਮਾਤਾ ਤ੍ਰਿਪਤਾ ਦੇ ਪੈਰਾਂ ਤੇ ਮੱਥਾ ਟੇਕਿਆ। ਮਿਲਤ ਸਨੇਹੇ ਸੰਗ ਕਰ ਕਰੁਣਾ, ਮਾਤਾ ਤ੍ਰਿਪਤਾ ਜੀ ਆਪਣੀ ਨੂੰਹ ਰਾਣੀ ਮਾਤਾ ਸੁਲੱਖਣੀ ਨੂੰ ਬੜੇ ਸਨੇਹ ਨਾਲ ਘੁੱਟ ਘੁੱਟ ਕੇ ਗੱਲ ਬੱਕੜੀ ਚ ਲੈ ਕੇ ਮਿਲਦੇ ਮੱਥਾ ਚੁੰਮਦੇ। ਦਈ ਆਸ਼ਿਕਾ ਚਿਤ ਹਿਤ, ਔਰ ਬੜੇ ਪ੍ਰੇਮ ਨਾਲ ਅਸੀਸਾਂ ਦਿੰਦੇ ਨੇ ਮਾਤਾ ਤ੍ਰਿਪਤਾ। ਕੀ ਕਹਿੰਦੇ ਨੇ ਸੁਣੋ ਜੀ। ਸਦਾ ਸੁਹਾਗ ਸਹਿਤ ਸੁਖ ਪਾਰੀ, ਮਾਤਾ ਤ੍ਰਿਪਤਾ ਜੀ ਅਸੀਸ ਦਿੰਦੇ ਨੇ, ਸੁਲੱਖਣੀ ਤੂੰ ਸਦਾ ਸੁਹਾਗਵਤੀ ਰਵੇ, ਸੁਹਾਗਵਤੀ ਰਹੇ ਔਰ ਭਾਰੀ ਸੁਖਾਂ ਦੇ ਸਹਿਤ ਹੋਵੇ। ਭਾਗਵਾਨ ਸੁਤ ਕੀ ਹੋਏ ਮਾਤਾ, ਸੁਭਾਗਸ਼ਾਲੀ ਭਾਗਵਾਨੀ ਜਿਹੜੇ ਭਾਗਵਾਨ ਪੁੱਤਰ ਉਹਨਾਂ ਪੁੱਤਰਾਂ ਦੀ ਤੂੰ ਮਾਂ ਹੋਵੇਂ। ਬਾਬਾ ਸ੍ਰੀ ਚੰਦ ਜੀ, ਬਾਬਾ ਲਖਮੀ ਦਾਸ ਜੀ ਜੈਸੇ ਮਹਾਂਪੁਰਸ਼ਾਂ ਦੀ ਤੂੰ ਭਾਗਸ਼ਾਲੀ ਮਾਂ ਹੋਵੇਂ। ਪਤੀ ਕੀ ਪ੍ਰੀਤ ਰਹੇ ਸਭ ਭਾਂਤਾ, ਤੇਰੇ ਮਨ ਚ ਤੇਰੇ ਪਤੀ ਦੀ ਪ੍ਰੀਤ ਬਣੀ ਰਹੇ, ਤੂੰ ਪੁੱਤਰਵਤੀ ਹੋਵੇਂ। ਚੜ ਡੋਰੇ ਗਮਨੀ ਮਗ ਮਾਈ, ਔਰ ਡੋਲੇ ਤੇ ਸਵਾਰ ਹੋ ਕੇ ਮਾਤਾ ਸੁਲੱਖਣੀ ਜੀ ਵੀ ਨਾਲ ਨਾਲ ਚੱਲ ਪਏ। ਦੋ ਦਿਸ਼ ਵਿਚਰਨ ਜਿਨ ਹਿਤ ਨਾਈ, ਕਹਿੰਦੇ ਦੋਹਾਂ ਪਾਸਿਓ ਮਨ ਨਹੀਂ ਪਿਆ ਕਰਦਾ ਵਿਛੜਨ ਦਾ। ਕ੍ਰਮ ਕ੍ਰਮ ਪਹੁੰਚੇ ਪੁਰ ਸੁਲਤਾਨਾ, ਤਰੀਬਨ ਵਾਜ ਸਤਿਗੁਰੂ ਜੀ ਪੈਂਡਾ ਤੈਅ ਕਰਕੇ ਸੁਲਤਾਨਪੁਰ ਸਾਹਿਬ ਦੇ ਨੇੜੇ ਪਹੁੰਚੇ। ਦੀਨ ਦਾਨ ਦਾ ਦਇਆ ਨਿਧਾਨਾ, ਜੋ ਦੀਨਾਂ ਤੇ ਦਇਆ ਕਰਕੇ ਦਾਨ ਦੇਣ ਵਾਲੇ ਦਇਆ ਨਿਧਾਨ ਹਨ। ਤਾਮ ਜੈ ਰਾਮ ਨਾਨਕੀ ਦੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਚੱਲ ਕੇ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਦੇ ਗ੍ਰਹਿ ਵਿਖੇ ਪੁੱਜੇ। ਬਦਨ ਬਿਲੋਕਤ ਹਰ ਕੇ ਸੋ, ਅੱਗੋਂ ਜਦੋਂ ਸਾਹਿਬ ਨੂੰ ਆਉਂਦਿਆਂ ਤੱਕਿਆ ਤੇ ਭਾਈਆ ਜੈ ਰਾਮ ਤੇ ਬੇਬੇ ਨਾਨਕੀ ਦਾ ਹਿਰਦਾ ਖਿੜ ਗਿਆ। ਸਾਦਰ ਦੋਰ ਕਰੀ ਪਦ ਬੰਦਨ, ਦੌੜ ਕੇ ਅੱਗੇ ਆਏ ਭਾਈਆ ਜੈ ਰਾਮ ਜੀ, ਬੇਬੇ ਨਾਨਕੀ ਜੀ ਗੁਰਦੇਵ ਕਰਨਾ ਚਾਹਿਆ। ਕਰ ਪਕਰੇ ਯੁਗ ਦੋਖ ਨਿਕੰਦਨ, ਸਤਿਗੁਰੂ ਜੀ ਨੇ ਹੱਥ ਫੜ ਲਿਆ, ਆਖਿਆ ਨਾ ਭਾਈਆ ਜੀ ਬੇਬੇ ਜੀ ਤੁਸੀਂ ਵੱਡੇ ਹੋ,
ਤੁਸੀਂ ਸਾਨੂੰ ਪ੍ਰਣਾਮ ਨਾ ਕਰੋ। ਕੁਸ਼ਲ ਪ੍ਰਸ਼ਨ ਕਰ ਮੰਚ ਪਰ ਬੈਸੇ, ਕੁਸ਼ਲ ਪ੍ਰਸੰਨਤਾ ਪੁੱਛ ਕੇ ਗੁਰਦੇਵ ਜੀ ਨੂੰ ਪਲਗੇ ਤੇ ਬਿਠਾਇਆ। ਦਿਓ ਸੁਸਾਸੋ ਨਹਿਰ ਸੰਦੇਸੇ, ਔਰ ਪੇਕੇ ਘਰ ਦਾ ਸੁਨੇਹਾ ਸੁਖ ਸ਼ਾਂਤੀ ਉਹ ਸਤਿਗੁਰੂ ਜੀ ਨੇ ਬੇਬੇ ਨਾਨਕੀ ਨੂੰ ਦੱਸਿਆ ਕਿ ਮਾਤਾ ਜੀ ਠੀਕ ਠਾਕ ਨੇ, ਰਾਜੀ ਖੁਸ਼ੀ ਨੇ, ਪਿਤਾ ਜੀ ਠੀਕ ਨੇ। ਇਹ ਸਾਰੀ ਖਬਰ ਬੇਬੇ ਨਾਨਕੀ ਨੂੰ ਸਤਿਗੁਰਾਂ ਨੇ ਦਿੱਤੀ। ਬੌਰ ਸੁਲੱਖਣੀ ਪ੍ਰਵਸ਼ੀ ਸਦਨਾ, ਇਹਨਾਂ ਨੂੰ ਪਿੱਛੋਂ ਮਾਤਾ ਸੁਲੱਖਣੀ ਜੀ ਦਾ ਡੋਲਾ ਵੀ ਆ ਗਿਆ। ਬਿਗਸੇ ਨਾਨਕੀ ਬਦਨਾ, ਬੇਬੇ ਨਾਨਕੀ ਦਾ ਕਮਲ ਵਰਗਾ ਚਿਹਰਾ ਖਿੜ ਗਿਆ ਆਪਣੀ ਭਰਜਾਈ ਨੂੰ ਵੇਖ ਕੇ। ਬੰਧਨ ਕਰਤ ਲੀਨ ਗਰ ਲਾਈ, ਬੰਧਨਾ ਕਰਕੇ ਬੜੇ ਪਿਆਰ ਨਾਲ ਗਲ ਲਾ ਲਿਆ। ਜਨਮ ਰੰਕ ਜਿਉ ਨਵ ਨਿਧ ਪਾਈ, ਬੇਬੇ ਨਾਨਕੀ ਨੂੰ ਇੰਨੀ ਖੁਸ਼ੀ ਹੋਈ ਮਾਨੋ ਜਿਵੇਂ ਕਿਸੇ ਜਨਮ ਤੋਂ ਭਿਖਾਰੀ ਨੂੰ ਨੌ ਨਿਧੀਆਂ ਮਿਲ ਜਾਣ ਤੇ ਖੁਸ਼ੀ ਹੁੰਦੀ ਹੈ ਨਾ, ਏਦਾਂ ਆਪਣੀ ਭਰਜਾਈ ਨੂੰ ਗਲ ਨਾਲ ਲਾ ਕੇ ਖੁਸ਼ੀ ਹੋਈ। ਪੀੜਾ ਸੁੰਦਰ ਸਦਨ ਡਸਾਵਾ, ਬੜਾ ਸੋਹਣਾ ਪੀੜਾ ਅੰਦਰ ਵਿਛਾਇਆ ਤਾਂ ਪਰ ਕਲਪਾ ਰੁਚਿਰ ਬਸਾਵਾ, ਉਹਦੇ ਤੇ ਸੋਹਣਾ ਵਿਛੋਣਾ ਵਿਛਾਇਆ। ਸੁਣੀਏ ਸ਼੍ਰੀ ਅੰਗਦ ਕੈ ਬਾਲਾ, ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ, ਹੇ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ। ਹੋ ਸੁਨ ਸੁਦ ਆਪਨ ਤਤਕਾਲਾ, ਕਹਿੰਦੇ ਮੈਨੂੰ ਖਬਰ ਹੋਈ ਮੋਦੀ ਖਾਨੇ ਚ ਵੀ ਸਤਿਗੁਰੂ ਆ ਗਏ ਨੇ। ਕਹਿੰਦੇ ਮੈਂ ਵੀ ਝੱਟ ਪਹੁੰਚ ਗਿਆ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਬੇਬੇ ਨਾਨਕੀ ਦੇ ਘਰੇ। ਗਮਨੇ ਉਹ ਜਾਂ ਬੈਸੇ ਗਤ ਦਾਈ, ਜਿੱਥੇ ਮੁਕਤੀ ਦਾਤੇ ਸਤਿਗੁਰੂ ਜੀ ਬੈਠੇ ਸਨ ਉੱਥੇ ਆਇਆ। ਦਰਸ ਹਿਰਦੇ ਲਾਲਸੇ ਅਧਿਕਾਈ, ਮਨ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਲਾਲਸਾ ਸੀ, ਇੱਛਾ ਸੀ। ਜਬੇ ਬਿਲੋਕੇ ਬੇਦੀ ਨੰਦਨ, ਜਦੋਂ ਆ ਕੇ ਸਤਿਗੁਰੂ ਜੀ ਦੇ ਦੀਦਾਰ ਕੀਤੇ, ਗੁਰਦੇਵ ਨੇ ਮੈਨੂੰ ਵੇਖਿਆ। ਪਦ ਅਰਬਿੰਦੇ ਕੀਨੀ ਬੰਧਨ, ਮੈਂ ਸਤਿਗੁਰਾਂ ਦੇ ਪਵਿੱਤਰ ਚਰਨ ਕਮਲਾਂ ਤੇ ਵੰਦਨਾ ਕੀਤੀ, ਮੱਥਾ ਟੇਕ ਕਿਆ। ਚਿਤ ਕਰ ਤਾਰ ਰਹੇ ਕਹਿ ਬਾਨੀ, ਗੁਰੂ ਨਾਨਕ ਪਾਤਸ਼ਾਹ ਨੇ ਅਸੀਸ ਦਿੱਤੀ, ਬਾਲਿਆ ਤੇਰੇ ਚਿਤ ਚੋ ਕਰਤਾਰ ਨਾ ਵਿਸਰੇ। ਇਹ ਅਸੀਸ ਮਹਾਰਾਜ ਜੀ ਨੇ ਦਿੱਤੀ। ਕੁਸ਼ਲ ਬੂਝ ਬੋ ਕਰੁਣਾ ਠਾਨੀ, ਫਿਰ ਕੁਸ਼ਲ ਪ੍ਰਸੰਨਤਾ ਪੁੱਛ ਕੇ ਕਿਰਪਾ ਦੇ ਘਰ ਵਿਚ ਆ ਕੇ ਕਿਰਪਾ ਕੀਤੀ। ਹੋ ਬੋਲਿਓ ਨਿਤ ਕੁਸ਼ਲੈ ਮੇਰੇ, ਪੁੱਛਿਆ ਹਾਂ ਬਾਲਿਆ ਰਾਜੀ ਖੁਸ਼ੀ ਹੈ। ਤੋ ਭਾਈ ਬਾਲਾ ਜੀ ਅੱਗੋਂ ਬੋਲੇ, ਮਹਾਰਾਜ ਤੁਹਾਡੀ ਕਿਰਪਾ ਨਾਲ ਸਭ ਸੁਖ ਹੈ, ਤੁਹਾਡੀ ਦਇਆ ਨਾਲ ਰਾਜੀ ਖੁਸ਼ੀ ਹਾਂ। ਕਰੇ ਨਿਕੰਦਨ ਦੁੱਖ ਇੱਕ ਵੇਰੇ, ਮਹਾਰਾਜ ਕਿਉਂ ਨਾ ਹੋਵਾਂ ਰਾਜੀ ਖੁਸ਼ੀ। ਜਿਸ ਦਿਨ ਤੁਹਾਡੀ ਪਨਾਹ ਵਿੱਚ ਆਇਆ ਸਾਂ, ਉਸੇ ਦਿਨ ਹੀ ਮੇਰੇ ਸਾਰੇ ਦੁੱਖਾਂ ਤੋਂ ਮੇਰੀ ਬੰਦ ਖਲਾਸੀ ਕਰ ਦਿੱਤੀ ਸੀ ਤੁਸਾਂ ਨੇ। ਮਹਾਰਾਜ ਹੁਣ ਤਾਂ ਕੋਈ ਦੁੱਖ ਰਿਹਾ ਹੀ ਨਹੀਂ, ਹੁਣ ਤਾਂ ਸੁੱਖ ਹੀ ਸੁੱਖ ਹੈ, ਖੇੜਾ ਹੀ ਖੇੜਾ ਹੈ। ਧਿਆਨ ਤੁਮਾਰੋ ਹਿਰਦੇ ਬਸਾਵਾ, ਤੁਹਾਡਾ ਧਿਆਨ ਮੈਂ ਆਪਣੇ ਹਿਰਦੇ ਚ ਵਸਾ ਲਿਆ, ਤੁਹਾਡੀ ਮੂਰਤ ਮੈਂ ਆਪਣੇ ਹਿਰਦੇ ਚ ਵਸਾ ਲਈ ਹੈ। ਤੀਨ ਤਾਪ ਤਨ ਛੋਹਨ ਨ ਪਾਵਾ, ਜਿਸ ਦਾ ਫਲ ਇਹ ਮਿਲਿਆ ਕਿ ਤੁਹਾਡਾ ਧਿਆਨ ਹਿਰਦੇ ਚ ਵਸਾਉਂਦਿਆਂ ਮੇਰੇ ਤਿੰਨੇ ਤਾਪ ਦੂਰ ਹੋ ਗਏ ਨੇ, ਮੈਂ ਤਿੰਨਾਂ ਤਾਪਾਂ ਤੋਂ ਰਹਿਤ ਹੋ ਗਿਆ। ਸਤਿ ਸ੍ਰੀ ਅਕਾਲ। ਪ੍ਰੇਮੀ ਹੁਤੇ ਨਗਰ ਕੇ ਜੇਈ, ਜਿੰਨੇ ਸੁਲਤਾਨਪੁਰ ਸਾਹਿਬ ਦੇ ਗੁਰਦੇਵ ਦੇ ਪ੍ਰੇਮੀ ਸਨ, ਦਰਸ਼ਨ ਕਰਨ ਆਏ ਸਭ ਤੇ, ਉਹ ਸਾਰੇ ਦਰਸ਼ਨ ਕਰਨ ਲਈ ਆ ਗਏ। ਬੰਦੇ ਪਦ ਅਰਬਿੰਦ ਮੁਕੰਦਾ, ਮੁਕਤੀ ਦਾਤੇ ਸਤਿਗੁਰਾਂ ਦੇ ਚਰਨਾਂ ਤੇ ਆ ਕੇ ਵੰਦਨਾ ਕਰਦੇ ਹਨ। ਸਨਮਾਨੇ ਸਭ ਕੋ ਸੁਖ ਕੰਦਾ, ਸਤਿਗੁਰੂ ਜੀ ਸਭ ਦਾ ਸਨਮਾਨ ਕਰਦੇ, ਸਭ ਦਾ ਕਰਦੇ ਹਨ। ਅਸਬਿਦ ਬਾਸੁਰ ਸਰਬ ਬਿਸਤਾਵਾ, ਇਸ ਤਰ੍ਹਾਂ ਸਤਿਗੁਰੂ ਜੀ ਨੇ ਪਹਿਲਾ ਦਿਨ ਸੁਲਤਾਨਪੁਰ ਸਾਹਿਬ ਚ ਇਸ ਤਰ੍ਹਾਂ ਬਤੀਤ ਕੀਤਾ। ਭਾਈ ਤਿਮਰ ਨਭ ਛਾਵਾ, ਸ਼ਾਮ ਪੈ ਗਈ, ਹਨੇਰਾ ਛਾ ਗਿਆ, ਨਾਨਾ ਰਸ ਬਿੰਜਨ ਕਰਵਾਏ, ਬੇਬੇ ਨਾਨਕੀ ਨੇ ਨਾਨਾ ਪ੍ਰਕਾਰ ਦੇ ਭੋਜਨ, ਨਾਨਾ ਪ੍ਰਕਾਰ ਦੇ ਬਿੰਜਨਾਦ ਤਿਆਰ ਕਰਵਾਏ। ਨਿਕਟ ਨਾਨਕੀ ਬੈਸ ਜੀਵਾਏ, ਕੋਲ ਬਹਿ ਕੇ ਬੇਬੇ ਨਾਨਕੀ ਜੀ ਸਤਿਗੁਰਾਂ ਨੂੰ ਭੋਜਨ ਛਕਾਉਂਦੇ ਹਨ। ਰੈਨ ਵਿਖੇ ਸੈਨੰ ਪੁਨ ਕੀਨੀ, ਰਾਤਰੀ ਦਾ ਵੇਲਾ, ਗੁਰਦੇਵ ਜੀ ਆਪਣੇ ਸਣਾ ਤੇ
विराजमान होए हन। बौ किंकर को जिन गत दीनी ने अपने अणगिणत सेवकां नूं मुक्ति दा दान दित्ता है। ऐसे मुक्ति दाते गुरु नानक साहब जी अपने सुखासना ते बिराजे हन। सवा जाम निस तजी गुड़ाका, सवा पैर रात रहिंदी सी, अमृत वेले दा समा है। सतगुरु सच्चे पातशाह जी ने उठे शांत दा दर्शन जाका, जिन्हां दे दर्शना विच्चों ही शांति वरतदी है, जिन्हां दे कित्यां ही हिरदा शांत हो जांदा है। सवा पैर रात रहिंदियां अमृत वेले सतगुरु सच्चे पातशाह जी उठे हन। सबे सोच सो कीन शनाना, सतगुरु जी वेई नदी च शनान करन जाया करदे, लागे वेई वगदी सी, तो वेई नदी च महाराज जी जाके शनान करदे जिथे गुरुद्वारा बेर साहिब है। उथे सतगुरु जी ने घंटिया बद्धी अमृत लो के तप साधन रहना, ये सतगुरां दा नितनेम सी अमृत वेले दा। तो सतगुरु सच्चे पातशाह सवा पैर रात रहिंदियां इशान कीता है, अपने निज ध्यान परायण होए हन। आसन कर बैसे निज ध्यान, अपने निजा आसन करके यानी कि चौंकड़े ते बैठे पद्म आसन ते, और अपने निज ध्यान विच सतगुरु जी ने ताड़ी लाई है। ते होई जब पूरा, जदों खत्म होया यानी कि लो लग गई, दिन चढ़ गया, गवने बहर निखदिया ओरा, सतगुरु जी चल के अपने मोदी खाने वाले पासे हट साहब जिथे है, सतगुरु जी चल के मोदी खाने आए हन। करन बैस कृत मोदी, जिवें पहलो कृत करदे सी मोदी दी, उसे तरह सतगुरु जी मोदी खाने च बह के ते तेरा तेरा तोलन ना। लेन देन के जो नृप लोदी, जिवे नवाब दौलत खान लैंदा हिसाब किताब जो हुंदा सी रोज दा, ओ सतगुरु जी करन लगे हन। करत कितक जब काल बितावा, इसे तरह जदों कुछ क दिन महाराज जी ने बतीत, लेन सुता निज मूला आवा, इन्ने नू बाबा मूल चंद जी आ गए। धी दा फेरा घर च पवाना सी, व्याह तो बाद एक बारी भी वापस नहीं सन आए, तो मर्यादा पूरी करन लई बाबा मूल चंद साहब जी माता सुलखणी जी नू लैण वास्ते आए ने। दोहरा दोए दिवस रह कर नागर, ले तनिया निज संग। दो रातां बाबा मूल चंद जी सुल्तानपुर साहब रहे, तीजे दिन अपनी धी राणी माता सुलखणी जी नूं नाल लै के बाबा मूल चंद जी वापस बटाले नूं गए हन। क्रम क्रम पहुंचे ओ सदन को, मूला होए उमंग। बाबा मूल चंद जी बड़े खुश ने, बड़े आनंद विच ने, चल के होले होले पेंडा तय करके पहुंचे हन। चौपाई पूरब उर उदारता जैसी, इधर सतगुरु जी जिवें पहला उदारता नाल दान करदे सी, हुण भी उसे तरह ही दान कर रहे। पातशाह ने नी कंजूसी विखाई भी शादी हो गई, जिवें पिता जी ने कहा सी भी हुण सांभ के चली, मेरे साहब गरीब नवाज पातशाह है नहीं उदार दानी दाते। उसे तरह सतगुरु जी जिवें पहला देंदे सी ना दान, दो रत्तियां वध ही देण लगे ने, घट नहीं, उदारता नाल सतगुरु जी दान करदे हन। करें बहुर सुख सागर तैसी, सुख दाते सतगुरु उसे तरह वरतदे ने जिवें व्याह तो पहला वरतदे सन। ज्यों सुर सरगत प्राची गवनी, कहिंदे जिवें गंगा चढ़दे वाले पासे चलदी है ना वग के, जदों पहाड़ां तो उतरदी है गंगोत्री गंगा, ते ओ चढ़दे वाले पासे नूं जांदी है। कबे न बहरे पश्चिम अवनी, गंगा दा ए सुभा है ओ चढ़दे वाले पासे नूं वग के जांदी है, ओ लहिंदे वाले पासे नूं नहीं आउंदी, कदे नहीं लहिंदे वाले पासे
ਉਲਟ ਕੇ ਨਹੀਂ ਚੱਲਦੀ ਜਿਉਂ ਸੂਰਜ ਕੋ ਧਰਮ ਸੁਹਾਵਨ ਜਿਵੇਂ ਸੂਰਜ ਦਾ ਸੁਭਾਅ ਹੈ ਨਾ ਸਦਾ ਤਿਮਰ ਕੋ ਕਰੇ ਨਸਾਵਨ ਸੂਰਜ ਦਾ ਸੁਭਾਅ ਹੈ ਹਮੇਸ਼ਾ ਹਨੇਰੇ ਨੂੰ ਦੂਰ ਕਰਨਾ ਇਹ ਜਿਵੇਂ ਸੂਰਜ ਦਾ ਸੁਭਾਅ ਹੈ ਤਿਉਂ ਰੰਕਨ ਕੋ ਕਸ਼ਟ ਨਿਵਾਰਨ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਦਾ ਸੁਭਾਅ ਹੈ ਗਰੀਬਾਂ ਕੰਗਲਿਆਂ ਰੰਕਾਂ ਤੇ ਦਇਆ ਕਰਕੇ ਉਹਨਾਂ ਦੇ ਕਸ਼ਟ ਨਿਵਾਰਨੇ ਇਹ ਸਤਿਗੁਰਾਂ ਦਾ ਮੁੱਢ ਕਦੀਮੀ ਸੁਭਾਅ ਹੈ ਔਰ ਇਹ ਸੁਭਾਅ ਸਤਿਗੁਰਾਂ ਦਾ ਕਦੇ ਵੀ ਤਬਦੀਲ ਨਹੀਂ ਹੋ ਸਕਦਾ ਜਿਵੇਂ ਗੰਗਾ ਚੜ੍ਹਦੇ ਵਾਲੇ ਪਾਸੇ ਵਗਦੀ ਹੈ ਕਦੇ ਲਹਿੰਦੇ ਵਾਲੇ ਪਾਸੇ ਨੂੰ ਨਹੀਂ ਟੁਰਦੀ ਇਸੇ ਤਰ੍ਹਾਂ ਸਤਿਗੁਰਾਂ ਦਾ ਸੁਭਾਅ ਹਮੇਸ਼ਾ ਜੁਗਾਂ ਜੁਗਾਂ ਤੋਂ ਉਦਾਰ ਹੈ ਸੀ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਦਾਰ ਹੀ ਰਹੇਗਾ ਉਹ ਕਦੇ ਨਹੀਂ ਬਦਲੇਗਾ ਕਰੇ ਸਦਾ ਜੋ ਦਾਸ ਉਭਾਰਨ ਸਦਾ ਆਪਣਿਆਂ ਦਾਸਾਂ ਨੂੰ ਉਭਾਰਦੇ ਨੇ ਸਦਾ ਆਪਣਿਆਂ ਦਾਸਾਂ ਨੂੰ ਕਿਰਤਾਰਥ ਕਰਦੇ ਨੇ ਜਿਉਂ ਸੁਰ ਤਰ ਕੋ ਸੁਭਾਗ ਸੁਭਾਉ ਜਿਵੇਂ ਕਲਪ ਬ੍ਰਿਛ ਦਾ ਬੜਾ ਸੁਭਾਉ ਪਿਆਰਾ ਹੈ ਜਾਚੇ ਛੂਚਾ ਛੋਰ ਨਕਾਉ ਕਲਪ ਬ੍ਰਿਛ ਦੇ ਕੋਲ ਖਲੋ ਕੇ ਜਿਹੜੀ ਕੋਈ ਚੀਜ਼ ਮੰਗਦਾ ਉਹ ਖਾਲੀ ਨਹੀਂ ਜਾਂਦਾ ਤਿਉਂ ਜਿਉਂ ਕਰੇ ਅਰਥ ਨਾਰੰਕਾ ਜਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਆ ਕੇ ਜਿਹੜਾ ਕੋਈ ਹੱਥ ਜੋੜ ਕੇ ਮੰਗਦਾ ਤਿਹੇ ਸਭਨ ਕੋ ਬਦਨ ਮਯੰਕਾ ਚੰਦਰਮਾ ਜੈਸੇ ਮੁਖੜੇ ਵਾਲੇ ਸਤਿਗੁਰੂ ਜੀ ਉਹਨੂੰ ਆਪਣੇ ਕੋਲੋਂ ਖਾਲੀ ਨਹੀਂ ਪਰਤਾਉਂਦੇ ਖਾਲੀ ਨਹੀਂ ਮੋੜਦੇ ਦੌਲਤ ਖਾਨ ਖਰਚ ਤੇ ਥੋੜਾ ਦੌਲਤ ਖਾਨ ਤਾਂ ਥੋੜਾ ਧਨ ਦਿੰਦਾ ਖਰਚਣ ਨੂੰ ਹੋਤ ਵਿਸਾਲਾ ਰੰਕਨ ਓਰਾ ਸਤਿਗੁਰੂ ਜੀ ਪਤਾ ਨੀ ਕਿੱਥੋਂ ਧਨ ਆਉਂਦਾ ਵਿਸ਼ਾਲ ਹੀ ਖਰਚ ਕਰਦੇ ਹਨ ਸਰਬ ਦਿਵਸ ਮੈਂ ਅਪਰ ਨਕਾਰਾ ਸਾਰੇ ਦਿਨ ਵਿੱਚ ਹੋਰ ਕੋਈ ਕਾਰ ਸਤਿਗੁਰੂ ਜੀ ਨਹੀਂ ਕਰਦੇ ਬੀਤੇ ਦੇਤੇ ਦਾਨ ਉਧਾਰਾ ਸਾਰਾ ਦਿਨ ਦਾਨ ਕਰਦੇ ਹੀ ਮਹਾਰਾਜ ਜੀ ਦਾ ਦਿਨ ਬੀਤਦਾ ਸਾਰਾ ਦਿਨ ਦਾਨ ਕਰਦਿਆਂ ਪਾਤਸ਼ਾਹ ਦਾ ਦਿਨ ਬੀਤਦਾ ਔਰ ਪਾਤਸ਼ਾਹ ਦਾਨ ਕਰਨ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦੇ ਪਾਤਸ਼ਾਹ ਹਮੇਸ਼ਾ ਦਾਨ ਦੇ ਕੇ ਹੀ ਨਿਵਾਜਦੇ ਹਨ ਸੁਲਤਾਨਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਜਗਤ ਗੁਰੂ ਬਾਬਾ ਜੀ ਅਨੇਕ ਪ੍ਰਕਾਰ ਦੇ ਚੋਜ ਵਰਤਾ ਰਹੇ ਨੇ ਸਤਿਗੁਰਾਂ ਦੀ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ ਗਰੀਬ ਨਵਾਜ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਨੂੰ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਤੇ ਸਮਤ ਪ੍ਰਦਾਨ ਕਰਨ ਸਾਧ ਸੰਗਤ ਜੀ ਬੇਨਤੀ ਹੈ ਤਿਲਕ ਜੰਜੋ ਰਾਖਾ ਪ੍ਰਭ ਤਾਕਾ ਕੀਨੋ ਬਡੋ ਕੱਲੂ ਮਹਿ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਖ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਪਰਸੋਂ 8 ਤਰੀਕ ਨੂੰ ਮੱਗਰ ਸੁਦੀ ਪੰਚਮੀ ਦੇ ਮੁਤਾਬਕ ਆ ਰਿਹਾ ਹੈ ਗਰੀਬ ਨਵਾਜ ਪਾਤਸ਼ਾਹ ਜੀ ਦੇ ਸ਼ਹੀਦੀ ਜੋੜ ਮੇਲ ਜੋ ਹਰ ਸਾਲ ਸਤਿਪੁਰਾਂ ਦੇ ਇਸ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸਮੂਹ ਪਟਿਆਲਾ ਸ਼ਹਿਰ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਸਤਿਕਾਰ ਨਾਲ ਮਨਾਏ ਜਾਂਦੇ ਹਨ ਸਤਿਗੁਰਾਂ ਦੇ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਅੱਜ ਅੰਮ੍ਰਿਤ ਵੇਲੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਹਨ ਕੱਲ੍ਹ ਸਵੇਰੇ ਗੁਰਦੁਆਰਾ ਸ੍ਰੀ ਮੋਤੀ ਬਾਗ ਸਾਹਿਬ ਤੋਂ ਮਹਾਰਾਜ ਜੀ ਦੇ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਨਗਰ ਕੀਰਤਨ ਪ੍ਰਾਰੰਭ ਹੋਣਗੇ ਦੇ ਬਾਜ਼ਾਰਾਂ ਚੋਂ ਹੁੰਦਿਆਂ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਨਗਰ ਕੀਰਤਨ ਦੀ ਸਮਾਪਤੀ ਹੋਵੇਗੀ ਉਪਰੰਤ ਕਵੀ ਦਰਬਾਰ ਸਜਣਗੇ 8 ਤਰੀਕ ਨੂੰ ਅੰਮ੍ਰਿਤ ਵੇਲੇ ਤੋਂ ਮਹਾਰਾਜ ਜੀ ਦੇ ਦੀਵਾਨ ਸੱਜ ਜਾਣਗੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਹਾਜ਼ਰੀ ਭਰਨਗੇ ਸਾਰਾ ਦਿਨ ਢਾਡੀ ਦਰਬਾਰ ਹੋਣਗੇ ਔਰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ
महान कीर्तन दरबार होण। दरबार साहब दे कीर्तनी जथियां तों इलावा दरबार साहब दे सिंघ साहिबान हाजरियां भर रहे ने। समूह संगतां दे चरणां विच बेनती है नगर कीर्तन विच और हो रहे गुरमत समागमां विच आप जी ने परिवारां समेत हाजरियां भर के जगत गुरु धन श्री गुरु तेग बहादुर साहब जी की शहादत नूं कोटी कोटी सजदा करन वास्ते गुरु जुड़ना है और नौवें पातशाह जी महाराज जी के परोपकारां नूं सतगुरां दी लासानी शहादत नूं सरवण गुरदेव दीआं खुशियां प्राप्त करनियां जी। ਇਹ ਬੇਨਤੀ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵੱਲੋਂ ਸਾਰੀ ਸੰਗਤ ਨੇ ਪ੍ਰਵਾਨ ਕਰਨੀ ਵੱਧ ਚੜ੍ਹ ਕੇ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ। ਵਾਹਿਗੁਰੂ 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 ਤੇਗ ਬਹਾਦਰ ਕੇ ਚਲਤ 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 ਪਾਇਓ ਜਗਤ ਕੋ ਸੋਕ 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 ਹੈ 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 ਸਭ ਜਗ ਪਾਇਓ 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 ਜੈ 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 ਸੁਰ ਲੋਕ 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 ਵਾਹਿਗੁਰੂ 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 ਹੇ ਅਚੁੱਤ ਹੇ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੁਰਨ ਹੇ ਸਰਬ ਮੈਂ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਕੇ ਸਦਾ ਬਵੇਕ ਹੇ ਅਪਰੰਪਰ ਹਰ ਹਰੇ ਹੈ ਪੀਓਣ ਹਾਰ ਸੰਤ ਕੈ ਸਦਾ ਸੰਗ ਧਾਰਾਇਆ ਧਾਰ ਠਾਕੁਰ ਹਾਂ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀਜੈ ਨਾਮ ਦਾਨ ਕੋਈ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਧਿ ਦਿਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਤਿਨਿਆਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੁਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰ ਨਿਆਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੁਤਰੇ ਪਾਰ ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰ